ਇੱਕ ਹਿਕਾਇਤ ਹੈ ਲਾਇਬ੍ਰੇਰੀ ਵਿੱਚ। ਇੱਕ ਲਾਇਬ੍ਰੇਰੀ 5,10,000 ਕਮਰੇ, ਹਰ ਕਮਰੇ ਵਿੱਚ 5,10,000 ਅਲਮਾਰੀਆਂ, ਹਰ ਅਲਮਾਰੀ 5,10,000 ਖਾਨੇ, ਹਰ ਖਾਨੇ 5,10,000 ਕਿਤਾਬਾਂ, ਪੌੜਿਆਂ ਗੋਲ ਇੱਕ ਬਰਾਂਡਾ ਇਮਾਰਤ ਦੇ ਚੁਫੇਰੂ, ਨਿੱਕੀਆਂ ਪੀਲੀਆਂ ਸਿੰਘਾਂ ਉੱਤੇ ਵੱਲ ਰੱਤੀ ਚੜ੍ਹੀ, ਸਾਂਭੇ ਲੱਕੜ ਦੇ ਵੱਡੇ ਦਰਵਾਜ਼ੇ 'ਤੇ ਬੁਝੜੇ ਲਾਇਬ੍ਰੇਰੀਅਨ ਦੀ ਮੂਰਤੀ ਅਸਾਂ ਅੰਦਰ ਵੜਦੇ ਹਨ। ਕਲਰਕ ਹੀ ਕਾਰਿੰਦੇ ਹਨ, ਬੁਝੜਾ ਲਾਇਬ੍ਰੇਰੀਅਨ ਨਜ਼ਰ ਨਹੀਂ ਆਉਂਦਾ। ਸਾ ਕੋਈ ਕਿਤਾਬ ਨਹੀਂ ਹੁੰਦੀ, ਸੱਤ ਸਵਾਂਗਰੀ। ਕਲਰਕ ਤੋਂ ਪੁੱਛਦੇ ਹੋਏ ਸੱਤ ਸਵਾਂਗਰੀ, ਉਹ ਜਣਾ ਜਾਂ ਲਾਇਬ੍ਰੇਰੀ ਪੂਰੀ ਪੜ੍ਹੀ, ਜੇ ਕੋਈ ਨਾ ਕਿਤਾਬਾਂ ਦੇ ਸਬਜਾਦ ਹਨ, ਦਾਵਾਂ ਸਾਲ ਮਰ ਗਿਆ ਹੈ। ਉਹ ਆਖਿਆ ਇਹ ਕਿਤਾਬ ਹੋਰ ਕਿਉਂ ਮਿਲ ਸੀ? ਪੁੱਛੋ ਸੇ ਇਹਦੇ ਦੋ ਸਬਬ ਹੈ। ਪਹਿਲਾ, ਇਹ ਪਰਤ ਪੂਰੀ ਬੀਜੇ, ਆਪਣਾ ਨਾਂ, ਕਿਤਾਬ ਦਾ ਨਾਂ, ਬਾਲੇ ਦਾ ਨਾਂ, ਬਾਲੇ ਦੇ ਵਤ ਬਾਲੇ ਦਾ ਨਾਂ, ਬਾਲੇ ਦੇ ਵਤ ਬਾਲੇ ਦਾ ਨਾਂ ਆਪ ਬੁਰੀ ਨਰਾ ਸੀ। ਪਤਾ ਅਤੇ ਅਗਲੀਆਂ ਪੀੜ੍ਹੀਆਂ ਪਤਾ ਆਪਣਾ ਆਪ ਬਰਿੰਜਾਰਾ ਸਨ। ਜਦੋਂ ਇਹ ਕਿਤਾਬ ਲਭਸੀ, ਜਿਹੜੀ ਤੁਹਾਡੀ ਪੀੜ੍ਹੀ ਹੋ ਸੀ ਮਿਲ ਗਈ ਸੀ। ਬੂਝਾ ਇਹ ਲਾਇਬ੍ਰੇਰੀ ਖੁੱਲ੍ਹੀ ਹੈ, ਕਮਰੇ ਹਨ, ਅਲਮਾਰੀਆਂ ਹਨ, ਖਾਨੇ ਹਨ, ਕਿਤਾਬਾਂ ਹਨ, ਆਪਣੀ ਕਿਤਾਬ ਤੁਸੀਂ ਆਪ ਬੋਲੋ। ਅਸਾਂ ਕਮਰੇ ਤਾਂ ਨਹੀਂ ਪੁੱਜਦੇ ਹਾਂ ਜਿੱਥੇ ਪੂਰਾ 5,10,000 ਕੁਰਸੀਆਂ, 5,10,000 ਲੋਕ ਉੱਥਾਂ ਕੁਰਸੀਆਂ 'ਤੇ ਕਿਤਾਬਾਂ ਬੈਠਾ ਪੜ੍ਹਦਾ। ਇੱਕ ਤੋੜੇ 'ਤੇ ਵਿਵਾਹ ਸਾਡੀ ਪਾਉਂਦੀ ਹੈ, ਅਸਾਂ ਉਹ ਵੇਲੇ ਪੂਰਾ ਉਹ ਕਿਤਾਬ ਬੈਠੀ ਪੜ੍ਹਦੀ, ਜਲਦੀ ਅਸਾਂ ਮੋਲ ਵਿੱਚ ਆਏ ਹਾਂ।